ਗੱਲ ਕਰਾਂਗੇ ਵਾਇਰਲ ਆਡੀਓ ਦੀ ਜਿਸ ਨੇ ਇੱਕ ਹੋਰ ਪੰਗਾ ਪਾਇਆ ਸੰਬਾਦ ਅੱਡੇ ਜਲਾ ਦੇ ਯਾਰ ਉੱਥੇ ਕੁੜੀਆਂ ਕੜੀਆਂ ਹੁੰਦੇ ਆ ਆਮ ਆਦਮੀ ਪਾਰਟੀ ਦੇ ਹੀ ਇੱਕ ਖਾਸਮ ਖਾਸ ਐਮ ਐਲ ਏ ਦੇ ਆਗੂ ਦੀ ਆਡੀਓ ਹੈ ਸੰਬਾਦ ਅੱਡੇ ਜਲਾ ਦੇ ਯਾਰ ਉੱਥੇ ਕੁੜੀਆਂ ਕੜੀਆਂ ਹੁੰਦੇ ਆ ਇਹ ਪੋਸਟਰ ਉਹਨਾਂ ਥਾਵਾਂ ਤੇ ਲਾਇਓ ਉੱਥੇ ਚਮਕਾਇਓ ਜਿੱਥੇ ਕੁੜੀਆਂ ਲੰਘਦੀਆਂ ਨੇ ਸੰਬਾਦ ਅੱਡੇ ਜਲਾ ਦੇ ਯਾਰ ਉੱਥੇ ਕੁੜੀਆਂ ਕੜੀਆਂ ਹੁੰਦੇ ਆ ਕਿ ਕਿ ਬੱਸ ਅੱਡੇ ਤੇ ਲਾਓ ਕਿ ਉੱਥੇ ਕੁੜੀਆਂ ਹੈਗੀਆਂ ਨੇ ਵੀ ਦੱਸ ਸ਼ਰਮ ਆਣੀ ਚਾਹੀਦੀ ਹੈ ਟਾਡਾ ਐਮਐਲਏ ਬੜਾ ਰਾਂਝਾ ਵਾ ਕੋਈ ਬੜਾ ਹੀਰੋ ਆ ਸਲਮਾਨ ਖਾਨ ਸ਼ਾਹਰੂਖ ਖਾਨ ਰਣਬੀਰ ਕਪੂਰ ਜਾਂ ਦਿਲਜੀਤ ਆ ਦੁਸਾਂਜਾ ਹੁਣ ਜੀ ਇੱਕ ਉਸ ਚੌਂਕ ਦੇ ਲਾਦੀ ਇੱਕ ਉਸ ਚੌਂਕ ਦੇ ਲੇ ਇੱਕ ਯਾਰ ਕਹਿੰਦਾ ਉਹ ਇੱਕ ਬੱਸ ੱਡੇ ਤੇ ਲਾਦੀ ਉੱਥੇ ਕੁੜੀਆਂ ਦਾ ਆਉਣਾ ਜਾਣਾ ਨਾ ਬਾਸ ੱਡੇ ਤੇ ਲਾਦੇ ਯਾਰ ਉੱਥੇ ਕੁੜੀਆਂ ਕਰਨਾ ਬੰਦਾ ਸ਼ਰਮੋਣੀ ਚਾਹੀਦੀ ਇਹੋ ਜੇ ਪੀਐਸੀ ਏਜੰਟ ਜਿਹਨੇ ਜੁਨੀਅਰ ਦੇ ਪ੍ਰਧਾਨ ਇਰਤੇ ਤੇ ਪਰਚਾ ਦਰਜ ਕਰਨਾ ਚਾਹੀਦਾ ਹੈਗਾ ਟਰੱਕ ਯੂਨੀਅਨ ਦਾ ਪ੍ਰਧਾਨ ਤੱਕ ਕਹਿੰਦੇ ਬਣਾ ਦਿੱਤਾ ਉਸ ਨੂੰ ਖਾਸਮ ਖਾਚੀ ਐਨਾ ਸੀ ਐਮਐਲਏ ਸਾਹਿਬ ਦਾ ਇਹ ਜੇ ਲੋਕਾਂ ਨੂੰ ਅਗਰ ਤੁਸੀਂ ਗਾਹ ਅੱਗੇ ਲਾਉਂਦੇ ਤੇ ਇਹਦਾ ਮਤਲਬ ਵੀ ਪੋਲਿਟਿਕਸ ਦਾ ਬੇੜਾ ਗਰਕ ਹੋ ਗਿਆ ਤੁਹਾਡੀਆਂ ਵੀਡੀਓ ਤੁਹਾਡੀਆਂ ਵੇਖ ਚੁੱਕੇ ਤੁਹਾਡੀਆਂ ਆਡੀਓ ਸੁਣ ਚੁੱਕੇ ਹੈਗੇ ਤੇ ਰੋਜ਼ ਕੋਈ ਨਾ ਕੋਈ ਪਵਾੜਾ ਪਾ ਦਿੰਦਾ ਆਮ ਆਦੀ ਪਾਰਟੀ ਦਾ ਐਮਐਲਏ ਤੇ ਯੂਨੀਅਨ ਦੇ ਪ੍ਰਧਾਨ ਤੇ ਪੀਐਚੀ ਐ ਉਹਨਾਂ ਨੂੰ ਕੰਟਰੋਲ ਕਰਨ ਜਿਹਦਾ ਲਗਾਮ ਖਿੱਚਣੀ ਚਾਹੀਦੀ ਆ ਇਹ ਆਵਾਦੀ ਪਾਰਟੀ ਦੇ ਬਹੁਦੇ ਐਮਐਲਏ ਤੇ ਉਹਨਾਂ ਦੇ ਜਿਹੜੇ ਸਮਰਥਕ ਆ ਬੇਲਗਾਮ ਘੋੜੀਆਂ ਬੰਦੀਆਂ ਜਾ ਰਹੀਆਂ ਕਿਉਂ ਆਡੀਓ ਦੇ ਵਿੱਚ ਇੱਕ ਇਹ ਵੀ ਗੱਲ ਸੁਣੀ ਗਈ ਉਹਨਾਂ ਦੀ ਹੀ ਪਾਰਟੀ ਦਾ ਇੱਕ ਹੋਰ ਆਗੂ ਜੀ ਦੇ ਪਹਿਲਾਂ ਪੋਸਟਰ ਲੱਗੇ ਸੀ ਹੋਲਡਿੰਗ ਬੋਰਡ ਲੱਗੇ ਸੀ ਇਹਦਾ ਕੋਈ ਗੱਲ ਨਹੀਂ ਉਹਨੂੰ ਬਹੁਤ ਦਿਨ ਹੋ ਗਏ ਉਹਨੂੰ ਲਾ ਦਿਓ ਆਪਣੇ ਲਾਓ ਬਸ ਮੈਂ ਕਹਿ ਤਾ ਤਾ ਕਹਿ ਤਾ ਤੂੰ ਇਹਦੇ ਮਤਲਬ ਕਿ ਇਹਨਾਂ ਦੇ ਆਪਣੇ ਇੱਕ ਇੱਕ ਦੂਜੇ ਦੇ ਪੈਰ ਵੱਡਣੇ ਸਿਰ ਵੱਡਣੇ ਧੌਣ ਵੱਡ ਰਿਆ ਕਿਨੇ ਹੋਣ ਸਵਾਲ ਹੈ ਕਿ ਸਵੇਰ ਦੀ ਵੀਡੀਓ ਆਡੀਓ ਵਾਇਰਲ ਹੋ ਰਹੀ ਆ ਕੀ ਉਸ ਐਮਐਲਏ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹ ਬੰਦਾ ਗਲਤ ਆ ਜੀ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਜੇ ਮੇਰਾ ਬੰਦਾ ਹੈ ਮੈਂ ਉਲਟਾ ਇਹ ਤੇ ਪਰਚਾ ਦਰਜ ਕਰਵਾਉਂਗਾ ਇਹ ਕਰੋ ਵੀ ਉਸ ਆਡੀਓ ਦੀ ਜਾਂਚ ਕਰਾ ਲਓ ਜੇ ਸਹੀ ਪਾਈਗੀ ਉਹਦੇ ਉਹਦੇ ਕੀ ਅਸੀਂ ਪਾਰਟੀ ਚ ਹੀ ਕੱਢ ਦੇਾਂਗੇ ਉਹ ਜਾਂਚ ਕੌਣ ਕਰਾਊਗਾ ਜੇ ਕਹਿਣਾ ਹੁੰਦਾ ਤੁਹਾਨੂੰ ਕਹਿ ਦੇਣਾ ਸੀ ਉਸ ਐਮਐਲਏ ਦੇ ਨਾਲ ਹੁਣ ਕਦੀ ਮੁੱਛਾ ਰੱਖੜ ਦੇ ਨਾਲ ਤੇ ਟੰਗਣ ਦੇ ਨਾਲ ਤਾ ਦੇਣ ਦੇ ਨਾਲ ਪੋਲਿਟਿਕਸ ਨਹੀਂ ਨਾਉਣੀ ਇਸ ਕਰਕੇ ਪੰਜਾਬ ਦੇ ਐਮਐਲਏ ਚਾਹੀਦਾ ਘੱਟੋ-ਘੱਟ ਚੰਗੇ ਬੰਦੇ ਰੱਖੋ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਨਹੀਂ ਦੋ ਵਾਰ ਨਹੀਂ 100 ਵਾਰ ਕਹਿ ਚੁੱਕੇ ਨੇ ਆਪਣੇ ਜਿਹੜੇ ਪੀਏਸੀਏ ਨਾ ਜਾਂ ਰਿਸ਼ਤੇਦਾਰ ਆ ਉਹਨਾਂ ਤੋਂ ਦੂਰ ਰਹੋ ਤੁਹਾਨੂੰ ਉਹੋ ਹੀ ਮਰਵਾਉਣਗੇ ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਵਾਇਰਲ ਆਡੀਓ ਦੀ ਜਿਸ ਨੇ ਇੱਕ ਹੋਰ ਪੰਗਾ ਪਾਇਆ ਤੇ ਕਸੂਤਾ ਯਾਬ ਪਾਇਆ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਹੀ ਇੱਕ ਖਾਸਮ ਖਾਸ ਐਮਐਲਏ ਦੇ ਆਗੂ ਦੀ ਆਡੀਓ ਹੈ ਤੇ ਆਡੀਓ ਦੇ ਵਿੱਚ ਕੀ ਕਹਿ ਰਿਹਾ ਕਿ ਪੋਸਟਰ ਉਹਨਾਂ ਥਾਵਾਂ ਤੇ ਲਾਇਓ ਉੱਥੇ ਚਮਕਾਇਓ ਜਿੱਥੇ ਕੁੜੀਆਂ ਲੰਘਦੀਆਂ ਨੇ ਹੁਣ ਇਸ ਦਾ ਮਤਲਬ ਕੀ ਕੱਢੀਏ ਮਤਲਬ ਕੀ ਸਮਝੀਏ ਇਸ ਦੇ ਪਿੱਛੇ ਮਨਸ਼ਾ ਕੀ ਹੈ ਤਾਂ ਇਹ ਗੱਲ ਵੀ ਹੋਵੇਗੀ ਨਾਲ ਗੱਲ ਕਰਾਂਗੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੰਤਰੀ ਤੇ ਭਾਜਪਾ ਦੇ ਆਗੂ ਮਨਪ੍ਰੀਤ ਬਾਦਲ ਦੇ ਉੱਤੇ ਫੇਰ ਵਾਰ ਕੱਸਿਆ ਫੇਰ ਤੰਜ ਕੱਸਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਪ੍ਰਾਪਤੀਆਂ ਕੀ ਨੇ ਇਹ ਦੱਸਣ ਔਰ ਜੋ ਜੋ ਇਕੱਠਾ ਹੋਇਆ ਅਰ ਜੋ ਜੋ ਤੋਂ ਇਕੱਠਾ ਹੋਇਆ ਇਸ ਦਾ ਮਤਲਬ ਕੀ ਹੈ ਸਾਰੇ ਦਾ ਹਿਸਾਬ ਲੈਣਾ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜੀ ਆਡੀਓ ਤੇ ਵੀਡੀਓ ਜਦੋਂ ਇਹ ਸ਼ਬਦ ਆ ਜਾਂਦੇ ਨੇ ਨਾਲ ਦੇ ਨਾਲ ਜੁੜ ਜਾਂਦੀ ਆਮ ਆਦਮੀ ਪਾਰਟੀ ਫਿਰ ਦੱਸਿਆ ਜਾ ਰਿਹਾ ਕਿ ਕਾਮ ਆਦਮੀ ਪਾਰਟੀ ਦੇ ਹੀ ਐਮਐਲਏ ਦੇ ਖਾਸਮ ਖਾਸ ਦੀ ਆਡੀਓ ਵਾਇਰਲ ਹੋ ਰਹੀ ਹੈ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਆ ਸੰਕੇਤ ਦੇ ਰਹੀ ਹੈ ਬਿਲਕੁਲ ਅਸਲ ਚੀਜ਼ ਆਪਾਂ ਕਹਿੰਦੀ ਆ ਆਡੀਓ ਵੀਡੀਓ ਤੇ ਸੋਸ਼ਲ ਮੀਡੀਆ ਜੇ ਇਸ ਪਾਰਟੀ ਦਾ ਜਨਮ ਹੀ ਇੱਥੋਂ ਹੋਇਆ ਆ ਆਡੀਓ ਵੀਡੀਓ ਤੇ ਸੋਸ਼ਲ ਮੀਡੀਆ ਦਾ ਜਨਮ ਹੋਇਆ ਔਰ ਇਹਨਾਂ ਦੀ ਆਡੀਓ ਵੀਡੀਓ ਇੱਕ ਥੋੜਾ ਵਾਇਰਲ ਹੋਈ ਆ ਕਈਆਂ ਦੀ ਵਾਇਰਲ ਹੋ ਗਈ ਆ ਕਿ ਕਿਸੇ ਬੰਦੇ ਦੇ ਲੜਕੇ ਦਾ ਅਨੈਚੁਰਲ ਸੈਕਸ ਕਰ ਰਿਹਾ ਬੰਦਾ ਉਹਦੀ ਵੀਡੀਓ ਜਾਰੀ ਹੋ ਗਈ ਸੀ ਕਿਸੇ ਦੀ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਆਡੀਓ ਫੜ ਲਈ ਸੀ ਕਿ 1% ਕਮਿਸ਼ਨ ਚੱਲੂਗਾ ਇੱਕ ਫੌਜਾ ਸਿੰਘ ਸਰਾਰੀ ਦੀ ਸੀ ਉਹਦੇ OSD ਦੀ ਜਾਰੀ ਹੋ ਗਈ ਵੀਕਰ ਸੌਦਾ ਕਰ ਇਹ ਆਪ ਹੀ ਫਸਦੇ ਜਾ ਰਹੇ ਹੋਣ ਜਿਹੜੇ ਦੇਖੋ ਆ ਜਿਹੜਾ ਇੱਕ MLA ਦਾ ਮਸਲਾ ਆ ਉਸ ਮਸਲ ਉਹਦੇ ਦਾ ਜਿਹੜਾ PA ਜਾਂ ਕੋਈ ਕਰਤਾ ਤਰਤਾ ਮੀਨ ਆਗੂ ਜਾਂ ਉਹਦਾ ਬਹੁਤ ਵੱਡਾ ਸਮਰਥਕ ਆ ਉਹ ਦੇਖੋ ਕਹਿ ਰਿਹਾ ਕਿ ਇੱਥੇ ਇਹਦੇ ਸ਼ਹਿਰ ਦੇ ਵਿੱਚ ਇਹ ਲਵਾਓ ਪੋਸਟਰ ਹੁਣ ਦੂਜੀ ਗੱਲ ਹੈ ਕਹਿੰਦਾ ਕਿ ਬਾਸ ੱਡੇ ਤੇ ਲਾਓ ਕਿ ਉੱਥੇ ਕੁੜੀਆਂ ਹੈਗੀਆਂ ਨੇ ਵੀ ਦੱਸ ਸ਼ਰਮ ਆਣੀ ਚਾਹੀਦੀ ਹੈ ਤੁਹਾਡਾ MLA ਬੜਾ ਰਾਂਝਾ ਵਾ ਕੋਈ ਬੜਾ ਹੀਰੋ ਹੈ ਸਲਮਾਨ ਖਾਨ ਸ਼ਾਹਰੂਖ ਖਾਨ ਰਣਬੀਰ ਕਪੂਰ ਆ ਜਦ ਦਲਜੀਤ ਆ ਦਸਾਂਜਾ ਵੀ ਐਮ ਐਲ ਏ ਦੀ ਫੋਟੋ ਲਓ ਤੇ ਕੁੜੀਆਂ ਕੀ ਕਹਿੰ ਲੈ ਐਮ ਐਲ ਏ ਦੀ ਫੋਟੋ ਦੇਖ ਕੇ ਤੇ ਖੁਸ਼ ਹੋ ਜਾਣਗੀਆਂ ਹਮ ਸ਼ਰਮ ਆਣੀ ਚਾਹੀਦੀ ਇਹੋ ਜੇ ਲੋਕਾਂ ਨੂੰ ਜਿਹੜੇ ਐਮ ਐਲ ਏ ਜਨੇ ਆਪਣੇ ਇਦਾਂ ਦੇ ਨਾਲ ਬੰਦੇ ਰੱਖਿਆ ਗਏ ਨੇ ਹੁਣ ਉਹ ਐਮ ਐਲ ਏ ਨੂੰ ਜਸਟੀਫਾਈ ਕਰਨਾ ਚਾਹੀਦਾ ਕਿ ਆਡੀਓ ਮੇਰੇ ਬੰਦੇ ਦੀ ਹੈ ਕਿ ਨਹੀਂ ਹੈ ਜੇ ਹੈ ਉਹਦੇ ਚਾਰ ਮਾਰਨੀਏ ਜਿਹਦੀਆਂ ਚਪੇੜਾ ਕਿਉਂਕਿ ਹੁੰਦੇ ਤੁਸੀਂ ਪੱਤਰਕਾਰਾਂ ਨੂੰ ਕੁੱਟਣਾ ਸ਼ੁਰੂ ਕਰ ਹੀ ਦਿੱਤਾ ਘਰ ਬੁਲਾ ਕੇ ਤੇ ਇਹ ਜਿਹੜਾ ਹੁਣ ਨਵਾਂ ਐਮਐਲਏ ਦਾ ਪੀਏ ਦਾ ਆ ਉਹਨੂੰ ਵੀ ਆਪਣੇ ਕੁਝ ਸਮਝਾਉਣਾ ਚਾਹੀਦਾ ਹਾਂ ਉਹ ਤਾਂ ਟਰੱਕ ਯੂਨੀਅਨ ਦਾ ਪ੍ਰਧਾਨ ਤੱਕ ਕਹਿੰਦੇ ਬਣਾ ਦਿੱਤਾ ਉਸ ਨੂੰ ਖਾਸਮ ਖਾਸ ਹੀ ਇੰਨਾ ਸੀ ਐਮਐਲਏ ਸਾਹਿਬ ਦਾ ਤੇ ਟਰੱਕ ਯੂਨੀਅਨ ਵਾਲਿਆਂ ਵਿਚਾਰੇ ਟਰੱਕਾਂ ਵਾਲਿਆਂ ਨੂੰ ਕੋਈ ਬਦਨਾਮ ਕਰਦੇ ਹੈਗੇ ਨਾ ਅਪੀ 10 ਤੇਰੇ ਪੋਸਟਰ ਬੜਾ ਤੇਰਾ ਐਮਐਲਏ ਸੁਰੱਖਾ ਤੇਰੇ ਬੜੇ ਐਮਐਲਏ ਦੀਆਂ ਮੁੱਛਾ ਖੰਡੀਆਂ ਨੇ ਕਿ ਬੜੀਆਂ ਪੰਜਾਬ ਦੀਆਂ ਕੁੜੀਆਂ ਡੁੱਲ-ਡੁੱਲ ਕੇ ਜਾਂਦੀਆਂ ਹੈਗੀਆਂ ਇਹ ਜੇ ਲੋਕਾਂ ਨੂੰ ਅਗਰ ਤੁਸੀਂ ਗਾਹ ਅੱਗੇ ਲਾਉਂਦੇ ਤੇ ਇਹਦਾ ਮਤਲਬ ਪੀ ਪੋਲਿਟਿਕਸ ਦਾ ਬੇੜਾ ਘਰ ਕੋ ਹੋ ਗਿਆ ਲੋਕੀ ਤੁਹਾਡੀਆਂ ਵੀਡੀਓ ਤੁਹਾਡੀਆਂ ਵੇਖ ਚੁੱਕੇ ਤੁਹਾਡੀਆਂ ਆਡੀਓ ਸੁਣ ਚੁੱਕੇ ਹੈਗੇ ਤੇ ਰੋਜ਼ ਕੋਈ ਨਾ ਕੋਈ ਪਵਾੜਾ ਪਾ ਦਿੰਦਾ ਆਮ ਆਦੀ ਪਾਰਟੀ ਦਾ ਐਮਐਲਏ ਤੇ ਜਹੀ ਸਥਿਤੀ ਦੇ ਵਿੱਚ ਆਪਾਂ ਕਈ ਦਿਨਾਂ ਤੋਂ ਕਰ ਰਹੇ ਕਿ ਇਹਨਾਂ ਸਾਰੇ ਐਮਐਲਐਸ ਨੂੰ ਤੇ ਉਹਨਾਂ ਦੇ ਜਿਹੜੇ ਕਰਤਾ ਤਰਤਾ ਸਪੋਰਟਰ ਤੇ ਜੂਨੀਅਨ ਦੇ ਪ੍ਰਧਾਨ ਤੇ ਪੀਏਸੀ ਇਹ ਉਹਨਾਂ ਨੂੰ ਕੰਟਰੋਲ ਕਰਨਾ ਜਿਹਦਾ ਲਗਾਮ ਖਿੱਚਣੀ ਚਾਹੀਦੀ ਆ ਇਹ ਆਮ ਆਦੀ ਪਾਰਟੀ ਦੇ ਬਹੁਤੇ ਐਮਐਲਏ ਤੇ ਉਹਨਾਂ ਦੇ ਜਿਹੜੇ ਸਮਰਥਕ ਆ ਬੇਲਗਾਮ ਘੋੜੀਆਂ ਬੰਦੀਆਂ ਜਾ ਰਹੀਆਂ ਜਿਹੜੀਆਂ ਬੇਲਗਾਮ ਘੋੜੀਆਂ ਮਾਰਨਗੇ ਸਿੰਘ ਜਾਂ ਭਗਵੰਤ ਮਾਨ ਸਾਹਿਬ ਦੇ ਮਾਰਨਗੇ ਜਾਂ ਕੇਜਰੀਵਾਲ ਸਾਹਿਬ ਦੇ ਮਾਰਨਗੇ ਸਿੰਘ ਮਾਰਨ ਦਾ ਸੈਂਸ ਕਿ ਉਹਨਾਂ ਨੂੰ ਬਦਨਾਮ ਕਰਨਗੇ ਕਿ ਤੁਸੀਂ ਐਦਾਂ ਦੇ ਚੁੰੜਕੇ ਲਿਆਦੇ ਹੁਣ ਕਹਿੰਦੇ ਸੀਗੇ ਸਾਡੇ 92 ਰਤਨ ਨੇ ਤੇ 92 ਰਤਨ ਰੋਹ ਦੀ ਚੰਦ ਚਾੜ ਰਿਹਾਗੇ ਨੇ ਹੁਣ ਜੀ ਇੱਕ ਉਸ ਚੌਂਕ ਦੇ ਲਾਦੀ ਇੱਕ ਉਸ ਚੌਂਕ ਦੇ ਲੇ ਇੱਕ ਯਾਰ ਕਹਿੰਦਾ ਉਹ ਇੱਕ ਬਸ ੱਡੇ ਤੇ ਲਾਦੀ ਉਹਦੇ ਕੁੜੀਆਂ ਦਾ ਆਉਣਾ ਜਾਣਾ ਸ਼ਰਮ ਆਉਣੀ ਚਾਹੀਦੀ ਇਹੋ ਜੇ ਪੀਐਸਸੀ ਜਣ ਜਿਹੜੇ ਜੂਨੀਅਰ ਦੇ ਪ੍ਰਧਾਨ ਇਹਦੇ ਤੇ ਪਰਚਾ ਦਰਜ ਕਰਨਾ ਚਾਹੀਦਾ ਹੈਗਾ ਵੀ ਤੂੰ ਹੀ ਬੜੇ ਹੀਰੋ ਜੇ ਸਮਾਰਟ ਜੇ ਕਿ ਕੁੜੀਆਂ ਬਸ ੱਡੇ ਤੇ ਵੇ ਵੇ ਕੇ ਕਿ ਉਹ ਜੂਜਬਾਤਾਂ ਦੇ ਨਾਲ ਖੇਡਣ ਦੀ ਗੱਲ ਕਰਨ ਲੱਗੇ ਨੂੰ ਸ਼ਰਮ ਨਹੀਂ ਆਈ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਲੋਕ ਖੁਦ ਵੀ ਪਛਤਾਉਂਦੇ ਹੋਣਗੇ ਕਿ ਅਸੀਂ ਇਦਾਂ ਦੇ ਐਮਐਲਏ ਚੁਨੇ ਸੀ ਔਰ ਉਹਨਾਂ ਐਮਐਲਏ ਨੇ ਗਾਂ ਆਪਣੇ ਪੀਏ ਕਿਦਾਂ ਦੇ ਰਖ ਲਿਆਗੇ ਨੇ ਉਹ ਅਕਸਰ ਕਿਹਾ ਜਾਂਦਾ ਜਿਹੇ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਉਹ ਆਡੀਓ ਦੇ ਵਿੱਚ ਕਿ ਇਹ ਵੀ ਗੱਲ ਸੁਣੀ ਗਈ ਉਹਨਾਂ ਦੀ ਹੀ ਪਾਰਟੀ ਦਾ ਇੱਕ ਹੋਰ ਆਗੂ ਜੀ ਦੇ ਪਹਿਲਾਂ ਪੋਸਟਰ ਲੱਗੇ ਸੀ ਹੋਲਡਿੰਗ ਬੋਰਡ ਲੱਗੇ ਸੀ ਕਹਿੰਦਾ ਉੱਥੇ ਉਹਦਾ ਨਾਲ ਇੱਕ ਹੋਰ ਸਾਥੀ ਬੋਲ ਰਿਹਾ ਆਡੀਓ 'ਚ ਕਿ ਉੱਥੇ ਤਾਂ ਆਪਣੇ ਫਲਾਣੇ ਆਗੂ ਦੇ ਪੋਸਟਰ ਹੈ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਬਹੁਤ ਦਿਨ ਹੋ ਗਏ ਉਹਨੂੰ ਲਾ ਦਿਓ ਆਪਣੇ ਲਾਓ ਬਸ ਮੈਂ ਕਹਿ ਤਾ ਤਾ ਕਹਿ ਤਾ ਦੇਖੋ ਇਹਦਾ ਮਤਲਬ ਕਿ ਇਹਨਾਂ ਦੇ ਆਪਣੇ ਹੀ ਇੱਕ ਇੱਕ ਦੂਜੇ ਦੇ ਪੈਰ ਵੱਢਨੇ ਸਿਰ ਵੱਢਨੇ ਧੌਣ ਵੱਢ ਰਿਆ ਗਏ ਨੇ ਇਸ ਮਸਲੇ ਦੇ ਵਿੱਚ ਦੇਖੋ ਪਾਰਟੀ ਦਾ ਕੋਈ ਪ੍ਰੋਟੋਕਾਲ ਹੈ ਨਹੀਂਆ ਪਾਰਟੀ ਦੇ ਵਿੱਚ ਕੋਈ ਅਨੁਸ਼ਾਸਨ ਹੈ ਨਹੀਂਆ ਕੋਈ ਡਿਸਪੀਸਪਲਨ ਨਹੀਂ ਹੈ ਕੋਈ ਵਿਧਾਨ ਨਹੀਂ ਹੈ ਕੋਈ ਸਵਧਾਨ ਨਹੀਂ ਹੈ ਲੋਕਾਂ ਦਾ ਗੁੱਸਾ ਹੀ ਕਾਲੀ ਦਲ ਤੇ ਤੇ ਕਾਂਗਰਸ ਪਾਰਟੀ ਨੂੰ ਲੱਖ ਲੋਕਾਂ ਨੇ ਗੁੱਸਾ ਕੱਢ ਕੇ ਤੇ ਆਮ ਆਦੀ ਪਾਰਟੀ ਦੇ ਐਮ ਐਲ ਏ ਜੂਨ ਜਿਤਾਤਾ ਲੋਕਾਂ ਦਾ ਗੁੱਸਾ ਵੀ ਠੰਡਾ ਹੋ ਗਿਆ ਹੁਣ ਇੱਕ ਪਾਸੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੇ ਟੀਚਰਾਂ ਨੂੰ ਸਿੰਗਾਪੁਰ ਭੇਜ ਰਹੇ ਨੇ ਆਈ ਆਈ ਐਮ ਅਹਮਦਾਬਾਦ ਭੇਜ ਰਹੇ ਨੇ ਇੰਡੀਆ ਦੀ ਬਿਹਤਰੀਨ ਜਿਹੜੀ ਮੈਨੇਜਮੈਂਟ ਦੀ ਇੰਸਟੀਚਿਊਟ ਆ ਤੇ ਦੂਜੇ ਪਾਸੇ ਸਾਡੇ ਜਿਹੜੇ ਐਮਐਲਏ ਤੇ ਜਿਹੜੇ ਉਹਨਾਂ ਦੇ ਪੀਏ ਸੀਏ ਜਾਂ ਜਿਹੜੇ ਉਹਨਾਂ ਦੀ ਛਤਰਛਾਇਆ ਹੇਠ ਜੁਨੀਅਨ ਦੇ ਟਰੱਕ ਜੁਨੀਅਨ ਦੇ ਪ੍ਰਧਾਨ ਬਣੇ ਨੇ ਉਹ ਉਸ ਕੰਮ ਤੇ ੱੱਬਾ ਨੇ ਇਹ ਕਾਲੇ ੱੱਬੇ ਨੇ ਕਾਲੇ ੱੱਬੇ ਜਿਹੜੇ ਨਾ ਧੋਤੇ ਨਹੀਂ ਜਾਣੇ ਦਾਗ ਧੋਤੇ ਨਹੀਂ ਜਾਣੇ ਹੈਗੇ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਇਹਨਾਂ ਨੂੰ ਵੀ ਇੱਕ ਇਹਨਾਂ ਦਾ ਟ੍ਰੇਨਿੰਗ ਕੈਂਪ ਲਾ ਦੇਣਾ ਚਾਹੀਦਾ ਘਟੋ ਘਟ ਇਹਨਾਂ ਨੂੰ ਸਿਸ਼ਟਾਚਾਰ ਦਾ ਨੈਤਿਕਤਾ ਦਾ ਮਰਿਆਦਾ ਦਾ ਸ਼ਰਮ ਦਾ ਹਿਆ ਦਾ ਅਣਖ ਦਾ ਇਹ ਸਾਰੇ ਇਹਨਾਂ ਨੂੰ ਚੈਪਟਰ ਪੜਾ ਦੇਣੇ ਚਾਹੀਦੇ ਆਗੇ ਕਿਉਂਕਿ ਪੜ ਇਹਨਾਂ ਤੇ ਸਿੰਗਾਪੁਰ ਭੇਜ ਦੋ ਕੋਈ ਫਾਇਦਾ ਨਹੀਂ ਹੋਣਾ ਅਮદાવાદ ਇਹਨਾਂ ਨੂੰ ਐਮਐਲਏ ਜਨੂੰ ਭੇਜ ਦੋ ਜਿਹੜੇ 10 12 ਨੇ ਉਹਨਾਂ ਨੂੰ ਭੇਜ ਦੋ ਕੋਈ ਫਾਇਦਾ ਨਹੀਂ ਇਹਨਾਂ ਨੂੰ ਤੇ ਆ ਜਿਹੜੇ 5-7 ਚੈਪਟਰ ਨੇ ਉਹ ਪੜਾਉਣ ਦੀ ਲੋੜ ਆ ਗਈ ਆ ਤੇ ਪਾਰਟੀ ਸੁਧਰ ਜੂਗੀ ਹੁਣ ਸਵਾਲ ਹੈ ਕਿ ਸਵੇਰ ਦੀ ਵੀਡੀਓ ਆਡੀਓ ਵਾਇਰਲ ਹੋ ਰਹੀ ਆ ਕੀ ਉਸ ਐਮਐਲਏ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹ ਬੰਦਾ ਗਲਤ ਆ ਜੀ ਮੇਰਾ ਕੋਈ ਲੈਣਾ ਦੇਣਾ ਨਹੀਂ ਆਏਗਾ ਏ ਜੇ ਮੇਰਾ ਬੰਦਾ ਹੈ ਮੈਂ ਉਲਟਾ ਇਹ ਤੇ ਪਰਚਾ ਦਰਜ ਕਰਵਾਉਂਗਾ ਜਾਂ ਇੰਨਾ ਹੀ ਕਹਿ ਦੇਣ ਝੂਠਾ ਹੀ ਕਹਿ ਦੇਣਾ ਕਿ ਜੀ ਜਿਵੇਂ ਪੋਲਿਟਿਸ਼ੀਨਾਂ ਦੀ ਆਦਤ ਹੁੰਦੀ ਆ ਕਿ ਜੀ ਇਹ ਵਿਰੋਧੀਆਂ ਦੀ ਸਾਜ਼ਿਸ਼ ਆ ਜੀ ਇਹ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜੀ ਆਡੀਓ ਦੇ ਨਾਲ ਛੇੜਖਾ ਨਹੀਂ ਹੁੰਦੀ ਇੰਨਾ ਹੀ ਪਰਦਾ ਪਾਉਣ ਵਾਸਤੇ ਝੂਠ ਹੀ ਬੋਲ ਦੋ ਜੇ ਝੂਠਿਆਂ ਨੇ ਝੂਠ ਬੋਲਿਆ ਇੰਨਾ ਹੀ ਬੋਲ ਦੋ ਪਰ ਇਹ ਕਰੋ ਵੀ ਉਸ ਆਡੀਓ ਦੀ ਜਾਂਚ ਕਰਾ ਲਓ ਜੇ ਸਹੀ ਪਾਏਗੀ ਉਹਦੇ ਉਹਦੇ ਕੀ ਅਸੀਂ ਪਾਰਟੀ ਚ ਕੱਢ ਦਿਆਂਗੇ ਨੇ ਪਾਰਟੀ ਚ ਤੇ ਜਾਂਚ ਕੌਣ ਕਰਾਊਗਾ ਜੇ ਕਹਿਣਾ ਹੁੰਦਾ ਤਾਂ ਹੁਣ ਨੂੰ ਕਹਿ ਦੇਣਾ ਸੀ ਉਸ ਐਮਐਲਏ ਦੇ ਨਾਲ ਹਨਾ ਕਦੀ ਤੁਸੀਂ ਸਿਪਾਈਆਂ ਨਾਲ ਲੜਦੇ ਹੋ ਹੁਣ ਕਦੀ ਮੁੱਛਾਂ ਰੱਖੜ ਦੇ ਨਾਲ ਤੇ ਟੰਗਣ ਦੇ ਨਾਲ ਤਾ ਦੇਣ ਦੇ ਨਾਲ ਪੋਲਿਟਿਕਸ ਨਹੀਂ ਨਾਉਣੀ ਇਹਦਾ ਮਤਲਬ ਜਿਵੇਂ ਜੇ ਤੁਹਾਡਾ ਇਹ ਜਿਹੜਾ ਜੇ ਕਿਸੇ ਐਮਐਲਏ ਦਾ ਬੰਦਾ ਕੋਈ ਗਲਤ ਕੰਮ ਕਰਦਾ ਇਦਾਂ ਦੇ ਸ਼ਬਦਾਵਲੀ ਆ ਰਹੀ ਆ ਇਹਦਾ ਮਤਲਬ ਕਿ ਕੀ ਐਮਐਲਏ ਵੀ ਓਦਾਂ ਦਾ ਹੋਊਗਾ ਇਸ ਕਰਕੇ ਪੰਜਾਬ ਦੇ ਐਮਐਲਏ ਨੂੰ ਚਾਹੀਦਾ ਘੱਟੋ ਘੱਟ ਚੰਗੇ ਬੰਦੇ ਰੱਖੋ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਨਹੀਂ ਦੋ ਵਾਰ ਨਹੀਂ 100 ਵਾਰ ਕਹਿ ਚੁੱਕੇ ਨੇ ਕਿ ਖੁਦ ਰੱਬ ਦਾ ਵਾਸਤਾ ਆਪਣੇ ਜਿਹੜੇ ਪੀਏ ਸੀਏ ਨਾ ਜਾਂ ਰਿਸ਼ਤੇਦਾਰ ਆ ਉਹਨਾਂ ਤੋਂ ਦੂਰ ਰਹੋ ਤੁਹਾਨੂੰ ਉਹੋ ਹੀ ਮਰਵਾਉਣਗੇ ਤੇ ਕਿੰਨੇ ਲੋਕਾਂ ਨੂੰ ਪੀਏ ਮਰਵਾ ਚੁੱਕੇ ਨੇ ਵਿਜੇ ਸਿੰਘਲਾ ਨੂੰ ਉਹਦਾ ਭਤੀਜਾ ਸੋਜਾ ਸਿੰਘ ਸਰਾਰੀ ਨੂੰ ਫਿਰ ਅਮਰ ਰਤਨ ਦਾ ਮਸਲਾ ਆ ਗਿਆ ਉਹਦਾ ਵੀ ਪਹਿਲਾਂ ਪੀਏ ਫੜਿਆ ਫਿਰ ਅਮਰ ਰਤਨ ਫੜਿਆ ਗਿਆ ਇੱਕ ਦਾ ਬਾਪੂ ਦਾ ਮਸਲਾ ਉੱਠ ਕੋਲ ਹਤਾ ਹੈਗਾ ਰੋਜ਼ ਕੋਈ ਨਾ ਕੋਈ ਮਸਲਾ ਉੱਠ ਰਿਹਾ ਇੱਕ ਦਿਨ ਵੀ ਸੁੱਕਾ ਨਹੀਂ ਲੰਘਦਾ ਹੈਗਾ ਕੋਈ ਨਾ ਕੋਈ ਐਮਐਲਏ ਚੰਦ ਚਾੜ ਦਿੰਦਾ ਹੈਗਾ ਦਫ਼ਤਰਾਂ 'ਚ ਛਾਪੇ ਵੱਜਦੇ ਆ ਗਏ ਨੇ ਹੁਣ ਤਹਿਸੀਲਦਾਰ ਗਰਮ ਹੋਏ ਫਿਰਦੇ ਨੇ ਕਹਿੰਦੇ ਅਸੀਂ ਵੀ ਨੰਗੇ ਕਰਾਂਗੇ ਘਰਾਂ 'ਚ ਰਿਕਾਰਡ ਚੁੱਕ ਕੇ ਕਰ ਲੈਂਦੇ ਸਟ੍ਰਾਈਕਾਂ ਕਰਨੀਆਂ ਪੈ ਰੀਆਂ ਇਹ ਜਿੰਨ ਤੱਕ ਇਹ ਮਤਲਬ ਆਮ ਆਦੀ ਪਾਰਟੀ ਦਾ ਜਿਹੜਾ ਲਾਣਾ ਨਾ ਵਿਗੜ ਗਿਆ ਹੈਗਾ ਇਹ ਮੁੱਖ ਮੰਤਰੀ ਨੂੰ ਨਾ ਜਿਵੇਂ ਉਹ ਵਿਰੋਧੀਆਂ ਨਾਲ ਸਖਤ ਹੋਏ ਨਾ ਭ੍ਰਿਸ਼ਟਾਚਾਰ ਦੇ ਮਸਲੇ ਦੇ ਨੈਤਿਕਤਾ ਦੇ ਮਸਲੇ ਦੇ ਵਿੱਚ ਇਮਾਨਦਾਰੀ ਦੇ ਮਸਲੇ 'ਚ ਆਪਣੇ ਵਿਧਾਇਕਾਂ ਨੂੰ ਵੀ ਤਿੱਖੇ ਫੜਨ ਜਿੰਨਾ ਚਾਰ ਕੀ ਪਏ ਨਾ ਪਹਿਲਾਂ ਤੁਸੀਂ ਫੜੇ ਸੀ ਤੇ ਠੰਡੇ ਹੋ ਗਏ ਇਹ ਚਾਰ ਕੀ ਤੁਹਾਨੂੰ ਹੋਰ ਫੜਨੇ ਪੈਣੇ ਹੈਗੇ ਨੇ ਆਪਣੇ ਵਿਧਾਇਕ ਫਿਰ ਜਾ ਕੇ ਗੱਡੀ ਲਈ ਤੇ ਚੜਨੀ ਹੈਗੀ ਨਹੀਂ ਤੇ ਗੱਡੀ ਉੱਥੇ ਹੀ ਟਾਇਰ ਕਿ ਘੀਰ ਦੇ ਰਹਿਣਗੇ ਫਸ ਗਈ ਤੁਹਾਡੀ ਗੱਡੀ ਗੇਅਰ ਅੜ ਗਿਆ ਹੈਗਾ ਨਾ ਗੱਡੀ ਪਿੱਛੇ ਜਾ ਰਹੀ ਨਾ ਅੱਗੇ ਜਾ ਰਹੀ ਹੈਗੀ ਤੇ ਇਹ ਤੁਹਾਡੀਆਂ 24 ਦੀਆਂ ਵੋਟਾਂ ਤੇ ਪਰਛਾਵਾਂ ਪਊਗਾ ਇਹਨਾਂ ਲੋਕਾਂ ਕਰਕੇ ਤੇ ਇਸ ਕਰਕੇ ਜਿਹਹੀ ਸਥਿਤੀ ਦੇ ਵਿੱਚ ਜਿਹੜੇ ਐਮਐਲਏ ਨੇ ਜਿੰਨਾ ਚਿਰ ਉਹ ਆਪਣੇ ਜਿਹੜੇ ਸਾਥੀ ਆ ਉਹ ਨਹੀਂ ਚੰਗੇ ਰੱਖਦੇ ਨਹੀਂ ਪੀਏ ਚੰਗੇ ਰੱਖਦੇ ਹੈਗੇ ਉਹਨਾਂ ਚਿਰ ਪਵਾੜੇ ਪੈਂਦੇ ਰਹਿਣੇ ਤੇ ਇਹ ਜਿਹੜਾ ਸ਼ਬਦ ਨਾ ਕਿ ਉਹ ਬਾਸਟੈਂਡ ਵਾਲੇ ਚੌਂਕ ਤੇ ਲਾ ਦੀ ਵੀ ਉਥੇ ਕੁੜੀਆਂ ਨੇ 10 ਉਸ ਬੰਦੇ ਨੂੰ ਸ਼ਰਮ ਆਈ ਨਹੀਂ ਇਸ ਮਸਲੇ ਦੇ ਵਿੱਚ ਵੀ ਕੀ ਉਥੇ ਫੋਟੋ ਲਾਉਣ ਦੇ ਨਾਲ ਕੁੜੀਆਂ ਨੇ ਕੀ ਗੱਲ ਉਹ ਬੰਦਾ ਨਹੀਂ ਦੇਖਿਆ ਹੋਊਗਾ ਉਹ ਐਮਐਲਏ ਨਹੀਂ ਦੇਖਿਆ ਹੋਊਗਾ ਉਥੇ ਤੁਰਿਆ ਫਿਰਦਾ ਹੋਊਗਾ ਪਹਿਲਾਂ ਐਮਐਲਏ ਬਣਨ ਤੋਂ ਘੁੰਮਦਾ ਫਿਰਦਾ ਰੂਗਾ ਅੱਜ ਵੀ ਉਹ ਲੋਕਾਂ 'ਚ ਵਿਚਰਦਾ ਹੋਊਗਾ ਤੇ ਕੱਲ ਨੂੰ ਕਿਤੇ ਅੱਜਕੱਲ ਐਮਐਲਏਜ਼ ਨੂੰ ਚੀਫ ਗੈਸਟ ਬਣਾ ਲੈਂਦੇ ਨੇ ਤੇ ਕੱਲ ਨੂੰ ਉਹ ਐਮਐਲਏ ਜਦੋਂ ਕੋਸਚ ਕਾਲਜ ਦੇ ਵਿੱਚ ਜਾਊਗਾ ਤੇ ਕੀ ਉੱਥੇ ਬੜਾ ਹੂਟਿੰਗ ਬੜੀ ਹੋਗੀ ਕੁੜੀਆਂ ਮੁੰਡੇ ਸੈਲਫੀਆਂ ਲੈਣ ਲੱਗ ਪੈਣਗੇ ਇੱਥੇ ਤੇ ਪੋਸਟਰਾਂ ਤੇ ਤੇ ਉਹ ਜਿਹੜੇ ਇਸ਼ਤਿਹਾਰਾਂ ਤੇ ਲੋਕੀ ਫੱਟੀ ਵੀ ਪੋਚ ਦਿੰਦੇ ਨੇ ਪੋਸਟਰ ਦਾ ਮੂੰਹ ਵੀ ਕਾਲਾ ਕਰ ਦਿੰਦੇ ਆ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਜਿਹੜੇ ਪੋਸਟਰ ਤੋਂ ਹੀ ਕਹਿ ਰਹੇ ਨਾ ਕਿ ਬੜੇ ਸੋਹਣੇ ਨੇ ਐਮ ਐਲ ਏ ਤੇ ਚੌਂਕ ਤੇ ਫੋਟ ਪੋਸਟਰ ਲਵਾ ਦਿਓ ਕੀ ਪਤਾ ਉਥੋਂ ਹੀ ਕੁੜੀਆਂ ਮੁੰਡੇ ਉੱਠ ਕੇ ਤੁਹਾਡੇ ਪੋਸਟਰ ਦਾ ਕਾਲਾ ਮੂੰਹ ਕਰ ਦੇਣਾ ਪੋਸਟਰ ਨੂੰ ਕਾਲਾ ਕਰਨਗੇ ਇਟ ਮੀਨ ਤੁਹਾਡੇ ਮੂੰਹ ਕਾਲਾ ਹੋ ਗਿਆ ਤੇ ਜਿਹੀਆਂ ਬਚਕਾਨੀਆਂ ਬੇਸ਼ਰਮ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਪੰਜਾਬ ਦੇ ਜਿਹੜੇ ਲੀਡਰ ਆ ਗਏ ਉਹਨਾਂ ਨੂੰ ਇਨ੍ਹਾਂ ਹਰਕਤਾਂ ਤੋਂ ਬਜਣਾ ਚਾਹੀਦਾ ਐਮ ਐਲ ਏ ਮਾਰੇ ਨਹੀਂ ਹੋਣਗੇ ਪਰ ਜਿਹੜੇ ਨਾਲ ਪੀਏ ਸੀ ਰੱਖੇ ਨੇ ਉਹਨਾਂ ਨੇ ਮ ਉਹ ਤਾਂ ਨਮਰਵਾਦ ਹੈ ਨਾ ਜਾਂ ਫਿਰ ਇਹ ਨਾ ਕਹਿੰਦਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਇਸ ਕਰਕੇ ਇਹ ਜਿਹੜੇ ਐਮਐਲਏ ਜਿਨ੍ਹਾਂ ਨੂੰ ਆਪ ਵੀ ਸੁਧਰਨਾ ਚਾਹੀਦਾ ਹੈਗਾ ਤੁਹਾਡੇ ਜਿਹੜੇ ਛਾਪੇ ਛੂਪੇ ਮਾਰਦੇ ਸੀ ਉਹ ਤਹਿਸੀਲਦਾਰਾਂ ਨੇ ਤੁਹਾਡੀ ਕੱਢਤੀ ਪੂਕ ਕਿ ਛਾਪੇ ਮਾਰਨ ਦਾ ਇੱਕੋ ਮਕਸਦਾ ਬਲੈਕਮੇਲ ਆ ਰਿਸ਼ਵਤ ਖੋਰੀ ਆ ਧਮਕੀਆਂ ਨੇ ਬਦਲੀ ਦੇ ਡਰਾਵੇ ਨੇ ਤੇ ਹੁਣ ਤੁਸੀਂ ਕਹਿੰਦੇ ਕਿ ਨਹੀਂ ਸਾਡੇ ਪੋਸਟਰ ਉੱਤੇ ਲਾਓ ਜਿੱਥੇ ਬੜਾ ਆਉਣਾ ਜਾਣਾ ਹੋਵੇ ਜਿੱਥੇ ਕੁੜੀਆਂ ਵੀ ਲੰਘਦੀਆਂ ਆ ਹਰਦੂ ਲਾਂਤਾ ਇਹੋ ਜੀ ਪੰਜਾਬ ਦੀ ਪਾਲਿਸੀ ਦੇ ਤੇ ਇਹੋ ਜੇ ਲੋਕਾਂ ਦੇ ਜਿਹੜੇ ਇਦਾਂ ਦੇ ਲੋਕ ਫਿਰ ਹੁਣ ਲੋਕ ਪਛਤਾਉਣਾ ਸ਼ੁਰੂ ਹੋ ਚੁੱਕੇ ਨੇ ਜਿਹੜੇ ਖਾਸ ਕਰਕੇ ਇਹੋ ਜੇ ਐਮਐਲਏ ਦੇ ਪੀਐਸਏ ਗੱਲਾਂ ਕਰਦੇ ਆਗੇ ਨੇ ਜੀ ਇਹ ਕਮਾਸਾ ਹੋਰ ਬੜਾ ਗੰਭੀਰ ਆ ਉਹ ਜੁੜਿਆ ਹੋਇਆ ਭਾਵੇਂ ਜਾਂਚ ਨੂੰ ਲੈ ਕੇ ਜਾਂਚ ਹਾਲੇ ਮੁਕੰਮਲ ਹੋਣੀ ਐ ਤਫਤੀਸ਼ ਚੱਲ ਰਹੀ ਐ ਪਰ ਉਸ ਤੋਂ ਪਹਿਲਾਂ ਹੀ ਦੋ ਤਿੰਨ ਵਾਰੀ ਬੋਲ ਚੁੱਕੇ ਆ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਰਹੇ ਆ ਉਹ ਮਨਪ੍ਰੀਤ ਬਾਦਲ ਨੂੰ ਅੱਜ ਫੇਰ ਕਹਿ ਗਏ ਮੀਡੀਆ ਦੇ ਵਿੱਚ ਹੀ ਕਹਿੰਦੇ ਕਿ ਜੋ ਜੋ ਇਕੱਠਾ ਕੀਤਾ ਤੇ ਜੋ ਜੋ ਤੋਂ ਕੀਤਾ ਸਾਰੇ ਦਾ ਹਿਸਾਬ ਲੈਣਾ ਅਸੀਂ ਦੇਖੋ ਬਠਿੰਡੇ ਦੇ ਵਿੱਚ ਜੋ ਜੋ ਤੇ ਜੋ ਜੋ ਇਹ ਬੜਾ ਫਰਕ ਹੈ ਜੱਜ ਦੇ ਪੈਰ 'ਚ ਬਿੰਦੀ ਪੈਂਦੀ ਹੈਗੀ ਹੈ ਤੇ ਇੱਕ ਤੇ ਨਹੀਂ ਪੈਂਦੀ ਹੈਗੀ ਨਾ ਉਹ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਬਠਿੰਡੇ ਆ ਕੇ ਮਾਰੀ ਸੀ ਪਟਾਣੂ ਥਾਪੀ ਕਿ ਜਦੋਂ ਸਾਡੀ ਸਰਕਾਰ ਆਊਗੀ ਤੁਸੀਂ ਬਠਿੰਡੇ ਦੇ ਵਿੱਚ ਜੋ ਜੋ ਟੈਕਸ ਬੰਦ ਕਰਨਾ ਹੈਗਾ ਬਾਅਦ ਜੇ ਡੈਫਰਮੇਸ਼ਨ ਪਾਇਆ ਸੀ ਡੈਫਰਮੇਸ਼ਨ ਰੱਦ ਹੋ ਗਿਆ ਉਸ ਤੋਂ ਬਾਅਦ ਜੋ ਜੋ ਨੇ ਜੋ ਜੋ ਕੀਤਾ ਸੀ ਉਹ ਚੈਪਟਰ ਕਲੋਜ਼ ਹੋ ਗਿਆ ਹੁਣ ਲੜਾਈ ਮਨਪ੍ਰੀਤ ਸਿੰਘ ਬਾਦਲ ਤੇ ਭਗਵੰਤ ਮਾਨ ਦੀ ਕੋਈ ਨਿੱਜੀ ਲੜਾਈ ਨਹੀਂ ਗੱਲ ਤੇ ਨੈਤਿਕਤਾ ਦੀ ਤੇ ਇਮਾਨਦਾਰੀ ਦੀ ਤੇ ਭ੍ਰਿਸ਼ਟਾਚਾਰ ਦੀ ਆ ਮਸਲਾ ਹੁਣ ਉਹ ਜਿਹੜਾ ਪੁੱਡਾ ਦਾ ਪਲਾਟਾਂ ਦਾ ਘਟਾਲਾ ਇਹ ਜਿਹੜਾ ਰੇਡ 25000 ਸੀ ਉਹ 16000 ਦੇ ਵਿੱਚ ਰਜਿਸਟਰੀਆਂ ਹੋਈਆਂ ਗੜਬੜੀ ਤੇ ਹੋਈ ਹੈ ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਤੇ ਕਿਹਾ ਕਿ ਗਲਤ ਮੈਂ ਸਹੀ ਕੀਤਾ ਕੋਈ ਇਦਾਂ ਦਾ ਰੌਲਾ ਨਹੀਂ ਹੈਗਾ ਹੁਣ ਸਰਕਾਰ ਨੇ ਦੇਖਣਾ ਹੈਗਾ ਵਿਜੀਲੈਂਸਰ ਰਿਪੋਰਟਾਂ ਚੈੱਕ ਕਰਦੀ ਸਾਰਾ ਰਿਕਾਰਡ ਫਰੋਲ ਲਿਆਗਾ ਪਰ ਸਵਾਲ ਹੈ ਕਿ ਸੀਐਮ ਸਾਹਿਬ ਕਹਿ ਰਹੇ ਕਿ ਕਿਉਂਕਿ ਇਕੱਠਿਆਂ ਨੇ ਸਾਂਝੀ ਰੋਟੀ ਵੀ ਖਾਧੀ ਹੈ ਗਿਆ ਇਕੱਠੇ ਘੁੰਮਦੇ ਵੀ ਰਹੇ ਨੇ ਇਕੱਠੇ ਟੋਲ ਟੈਕਸ ਦੀਆਂ ਪਰਚੀਆਂ ਕਟਾਉਂਦੇ ਰਹੇ ਕਿ ਨਹੀਂ ਕਟਾਉਂਦੇ ਉਹ ਵੀ ਹੌਲੀ ਹੌਲੀ ਪੜਦਾ ਫਾਸ਼ ਹੋਈ ਜਾ ਰਿਹਾ ਇੱਕ ਸਵਾਲ ਹੈ ਕਿ ਮੁੱਖ ਮੰਤਰੀ ਨੇ ਕਹਿਦਾ ਕਿ ਤੁਹਾਡੇ ਕਿੰਨੇ ਬਾਗ ਨੇ ਤੇ ਕਿੰਨੇ ਬਾਗਾਂ ਦੇ ਵਿੱਚ ਕਿੰਨੂ ਨੇ ਉਹ ਮੈਨੂੰ ਕੱਲੇ ਕੱਲੇ ਕਿੰਨੂ ਦਾ ਪਤਾ ਤੇ ਹੁਣ ਸਵਾਲ ਇਹ ਹੈ ਕਿ ਉਸ ਤੋਂ ਬਾਅਦ ਉਹਨਾਂ ਨੇ ਬੜੇ ਸ਼ਾਇਰੀ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਜਿਹੜੇ ਮਨਪੀਰ ਸਿੰਘ ਬਾਦਲ ਉਹਨਾਂ ਨੇ ਵੀ ਬੜਾ ਵਧੀਆ ਜਵਾਬ ਦਿੱਤਾ ਸੀ ਜਿਹਦੇ 'ਚ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਉਰਦੂ ਬਹੁਤ ਜ਼ੁਬਾਨ ਅੱਛੀ ਆ ਉਹਨਾਂ ਨੂੰ ਪਿਆਰੀ ਵੀ ਲੱਗਦੀ ਹੈਗੀ ਹੈ ਔਰ ਉਹਨਾਂ ਨੇ ਜਵਾਬ ਵੀ ਦਿੱਤਾ ਹੈ ਕਿ ਜਿਹੜਾ ਉਹਨੇ ਕਿਹਾ ਸੀ ਭਗਵੰਤ ਜੀ ਡਰਾਮੇ ਕਰਨਾ ਤੁਹਾਡਾ ਪੇਸ਼ਾ ਸੀ ਤੇ ਹੁਣ ਵੀ ਹੈ ਪੰਜਾਬ ਦੇ ਲੋਕ ਤੁਹਾਡੇ ਡਰਾਮਾ ਦੇਖ ਰਹੇ ਨੇ ਜਵਾਬ ਸੁਣ ਲਓ ਮੈਂ ਬਤਾऊं ਕਾਫਲਾ ਕਿਉਂ ਲੂਟਾ ਤੇਰਾ ਸੀਐਮ ਰਾਜਨੋ ਸੇ ਤਾਂ ਵਾਸਤਾ ਮੂਜੇ ਰਾਜਨੋ ਸੇ ਗਿਲਾ ਨਹੀਂ ਤੇਰੀ ਸੀਐਮ ਦੀ ਰੈਬਰੀ ਪਰ ਮਲਾਲ ਅੱਗੇ ਉਹਨੇ ਅਰਥ ਵੀ ਸਮਝਾਏ ਨੇ ਕਹਿੰਦੇ ਮਲਾਲ ਦਾ ਮਤਲਬ ਕੀ ਹੁੰਦਾ ਅਫਸੋਸ ਦੁੱਖ ਰੰਜ ਤੇ ਰਾਜਨ ਦਾ ਮਤਲਬ ਕੀ ਹੁੰਦਾ ਲੁੱਟੇਰੇ ਨਾਲ ਉਹਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਦੋਂ ਦੋਨੇ ਪੀਪਲਸ ਪਾਰਟੀ ਆਫ ਪੰਜਾਬ ਦੇ ਵਿੱਚ ਕੰਮ ਕਰਦੇ ਹੁਣ ਜਿਹੜਾ ਅੱਜ ਮੁੱਖ ਮੰਤਰੀ ਸਾਹਿਬ ਨੇ ਟਿੱਪਣੀ ਕੀਤੀ ਆ ਜੋ ਜੋ ਤੇ ਜੋ ਜੋ ਕੰਮ ਕੀਤਾ ਹੈਗਾ ਉਹਦਾ ਸਵਾਲ ਹੈ ਕਿ ਸਰਕਾਰ ਹੁਣ ਡੀਪਲੀ ਇੱਕ ਜਾਂਚ ਕਰਵਾਏਗੀ ਜੇ ਜੋ 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 ਦਾ ਨਾਮ ਆ ਹੀ ਗਿਆ ਫਿਰ ਜੋ ਜੋ ਨੇ ਜੋ ਜੋ ਕੰਮ ਕੀਤੇ ਨੇ ਉਹ ਹੁਣ ਸਾਰੀ ਜਾਂਚ ਦਾ ਵਿਸ਼ਾ ਹੈਗਾ ਲੇਕਿਨ ਲੱਗਦਾ ਕਿ ਇਹ ਲੜਾਈ ਨਿੱਜੀ ਤੇ ਕਹਿ ਨਹੀਂ ਸਕਦੇ ਲੇਕਿਨ ਜਦੋਂ ਇੱਕ ਦੂਜੇ ਦੇ ਉੱਪਰ ਸ਼ਬਦੀ ਵਾਰ ਹੁੰਦੇ ਨੇ ਤੇ ਸ਼ਬਦੀ ਵਾਰ ਨਿੱਜੀ ਬਣ ਜਾਂਦੇ ਨੇ ਜਾਂ ਤੇ ਹੋਵੇ ਕਿ ਵਿਜੀਲੈਂਸ ਆਪਣੇ ਬਲ ਬੁੱਤੇ ਬਿਨਾਂ ਕਿਸੇ ਭੈ ਦੇ ਬਿਨਾਂ ਕਿਸੇ ਪ੍ਰੈਸ਼ਰ ਤੇ ਕੰਮ ਕਰੀ ਆ ਦੇਸਾਂ ਮਸਲੇ ਦੇ ਵਿੱਚ ਜਾਂਚ ਹੋਣੀ ਚਾਹੀਦਾ ਪਰ ਉਹ ਕਹ ਰਹੇ ਕਿ ਮੈਨੂੰ ਪਤਾ ਕਿੰਨਾ ਕਿ ਟੋਲ ਟੈਕਸ ਦਿੰਦੇ ਰਹੇ ਕਿ ਨਹੀਂ ਦਿੰਦੇ ਰਹੇਗੇ ਨੇ ਔਰ ਜਾਂ ਟੋਲ ਟੈਕਸ ਕਿੰਨੇ ਬੰਦ ਕਰਵਾਏ ਤੇ ਕਿੰਨੇ ਨਹੀਂ ਬੰਦ ਕਰਵਾਏ ਤੁਹਾਡੀ ਸਰਕਾਰ ਨੇ ਤੇ ਮੈਂ ਕਿੰਨੇ ਬੰਦ ਕਰਵਾਤੇ ਗੱਲ ਉਸ ਤੇ ਅੜੀ ਆ ਟਿੱਕੀ ਆ ਲੇਕਿਨ ਪੰਜਾਬ ਦੀ ਜਨਤਾ ਨੂੰ ਰੋਜ਼ ਜਿਹੜੇ ਨਵੇਂ ਕਿਸੇ ਸੁਣਨ ਦੀ ਆਦਤ ਪੈ ਗਈ ਆ ਕਦੀ ਕਿਸੇ ਕਿ 2 ਕਰੋੜ ਰੁਪਈਆ ਚੰਨੀ ਸਾਹਿਬ ਨੇ ਮੰਗਿਆ ਇੱਕ ਖਿਡਾਰੀ ਕੋ ਚੈਪਟਰ ਕਲੋਜ਼ ਹੋ ਗਿਆ ਲੋਕਾਂ ਦਾ ਸਵਾਦ ਤੇ ਚਸਕਾ ਜਿਹੜਾ ਲੱਗਾ ਸੀ ਹੁਣ ਨਵਾਂ ਜਿਹੜਾ ਸਵਾਦ ਆ ਚਸਕਾ ਲੋਕੀ ਲੈ ਰਹੇ ਨੇ ਮਸਾਲੇ ਲਾਲਾ ਕੇ ਸੁਣ ਰਹੇ ਨੇ ਤੇ ਦੇਖ ਰਹੇ ਨੇ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦੇ ਰੀਅਲ ਜਿ ਬਣ ਜਾਂਦੀਆਂ ਮੀਮਸ ਬਣ ਜਾਂਦੇ ਹੈਗੇ ਨੇ ਹੁਣ ਲੋਕੀ ਆ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਬਾਰੇ ਬਹੁਤ ਸਾਰੇ ਲੋਕਾਂ ਦਾ ਨਜ਼ਰੀਆ ਹੋਰ ਸੀ ਕਈਆਂ ਦਾ ਹੋਰ ਸੀ ਉਹ ਨਜ਼ਰੀਆ ਹੁਣ ਸਾਰਿਆਂ ਦਾ ਚੇਂਜ ਹੋ ਜਾਣਾ ਬਦਲ ਜਾਣਾ ਜਦੋਂ ਬਹੁਤ ਕੁਝ ਇਹਦੇ ਚ ਨਿਕਲਿਆ ਜੇ ਨਾ ਨਿਕਲਿਆ ਤੇ ਲੋਕਾਂ ਨੇ ਸਰਕਾਰ ਬਾਰੇ ਸੋਚਣਾ ਹੋਰ ਨਜ਼ਰੀਏ ਦੇ ਨਾਲ ਪਰ ਇਹ ਜਾਂਚ ਤੇ ਹੋਣੀ ਚਾਹੀਦੀ ਜੋ ਜੋ ਵੀ ਕੁਝ ਹੋਇਆ ਹੁਣ ਮੁਖਮੰਦੀ ਸਾਹਿਬ ਨੂੰ ਇਹ ਵਾਲਾ ਜਿਹੜਾ ਪੰਜਾਬ ਦੇ ਲੋਕਾਂ ਅਗੇ ਤੁਸੀਂ ਇੱਕ ਨਵਾਂ ਮਸਾਲਾ ਪੇਸ਼ ਕੀਤਾ ਹੈਗਾ ਇਹ ਮਸਾਲਾ ਜਾਂ ਤੜਕਾ ਜਿਹੜਾ ਲੱਗਾ ਹੈਗਾ ਇਹਦਾ ਰਿਜ਼ਲਟ ਆਉਣਾ ਚਾਹੀਦਾ ਹੈਗਾ ਇਹ ਨਾ ਉਹ ਕਿ ਤੁਸੀਂ ਇੱਕ ਚੈਪਟਰ ਕਲੋਜ਼ ਕਰ ਰਿਹਾ ਵਿਜੀਲੈਂਸ ਦੂਜਾ ਸ਼ੁਰੂ ਹੋ ਜਾਂਦਾ ਤੀਜਾ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ ਰਿਜ਼ਲਟ ਆਵੇ ਪੰਜਾਬ ਦੀ ਜਨਤਾ ਵੇਖਣਾ ਚਾਹੁੰਦੀ ਕਿ ਵਾਕੇ ਜਿਹੜੇ ਤੁਸੀਂ ਐਮਐਲਏ ਤਲਬ ਕੀਤੇ ਜਾਂ ਫੜੇ ਸੀ ਉਹਨਾਂ ਨੇ ਕਿੰਨਾ ਮਾਲ ਬਣਾਇਆਗਾ ਕਿੰਨੀਆਂ ਮਠਾਈ ਮਾਲ ਮਠਾਈਆਂ ਤੇ ਮਾਲ ਸ਼ਕੇ ਨੇ ਅੱਜ ਉਹ ਮੋਰ ਵੀ ਲਾਗੇ ਇੱਕ ਗੱਲ ਤੇ ਕਹਿੰਦੇ ਪੱਤਰਕਾਰਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਰੋਜ਼ ਨਵਾਂ ਕੰਟੈਂਟ ਦਿੰਨੇ ਆ ਸੀ ਮੈਂ ਕਦੇ ਮਿਸ ਨਹੀਂ ਜਾਣ ਦਿੱਤਾ ਕਹਿੰਦੇ ਕਹਿੰਦੇ ਕੱਲ ਮੈਂ ਸੁਨਾਮ ਵੀ ਜਾਣਾ ਉਦਮ ਸਿੰਘ ਵਾਲੀ ਧਰਤੀ ਦੇ ਉੱਤੇ ਉਹਨਾਂ ਦਾ ਵੀ ਦਿਹਾੜਾ ਹੈ ਔਰ ਨਾਲ ਹੀ ਉਹ ਕਹਿੰਦੇ ਮੈਂ ਕੱਲ ਕਿੱਥੇ ਸੀ ਅੱਜ ਕਿੱਥੇ ਆ ਸਾਰੀਆਂ ਗੱਲਾਂ ਪਹਿਲਾਂ ਵਾਲੇ ਮੁੱਖ ਮੰਤਰੀ ਤਾਂ ਤੁਹਾਨੂੰ ਇਸ ਤਰ੍ਹਾਂ ਪੇਸ਼ ਹੀ ਨਹੀਂ ਸੀ ਆਉਂਦੇ ਤੁਹਾਡੇ ਨਾਲ ਔਰ ਮੈਂ ਮਾਈਕ ਵੇਖ ਕੇ ਤੇ ਜਵਾਬ ਦਿੰਦਾ ਹੀ ਨਹੀਂ ਮੈਂ ਆ ਇੱਕ ਵੱਡਾ ਐ ਕਿ ਛੋਟਾ ਮੈਂ ਸਾਰਿਆਂ ਨਾਲ ਗੱਲ ਕਰਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੇ ਚੁਣੇ ਆਗੇ ਤੇ ਤੁਹਾਨੂੰ ਜਨਤਾ ਦੇ ਵਿੱਚ ਜਾਣਾ ਚਾਹੀ ਪੈਣਾ ਹੈ ਦੇਖੋ ਅਗਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਤੇ ਕੋਈ ਰਿਕਾਰਡ ਹੈ ਨਹੀਂ ਗਰਾਊਂਡ ਲੈਵਲ ਤੇ ਨੇਤਾ ਸੀ ਉਹਨਾਂ ਨੇ ਸੰਕਤ ਦਰਸ਼ਨ ਪ੍ਰੋਗਰਾਮ ਕੀਤੇ ਹੈਗੇ ਸੀ ਕੈਪਟਨ ਅਮਰਿੰਦਰ ਸਿੰਘ ਸੀ ਜ਼ਰੂਰ ਸੀ ਕਿ ਉਹ ਦਫ਼ਤਰ ਵੀ ਘਟ ਆਉਂਦੇ ਸੀ ਤੇ ਮਹਿਲਾਂ ਚ ਜ਼ਿਆਦਾ ਰਹਿੰਦੇ ਹੈਗੇ ਚਰਨਜੀਤ ਚੰਨੀ ਨੂੰ ਜਿੰਨੇ ਕਿ 111 ਦਿਨ ਮਿਲੇ ਉਹ ਰਹੀ ਸੜਕਾਂ ਦੇ ਪਿੰਡਾਂ ਚ ਗਲੀਆਂ ਚ ਬਾਜ਼ਾਰਾਂ ਦੇ ਵਿੱਚ ਉਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੁਣ ਸੀਐਮ ਸਾਹਿਬ ਨੂੰ ਆਪਣੇ ਆਪ ਦੇ ਨਾਲ ਦੂਜਿਆਂ ਦੇ ਨਾਲ ਤੁਲਨਾ ਕਰਨ ਦੀ ਲੋੜ ਨਹੀਂ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਕਿ ਭਗਵੰਤ ਮਾਨ ਸਾਹਿਬ ਕਿੰਨੇ ਲੋਕਾਂ ਦੇ ਵਿੱਚ ਰਹਿ ਰਿਹਾਗੇ ਨੇ ਨਾ ਔਰ ਜਾਨਣਾ ਵੀ ਚਾਹੀਦਾ ਹੈਗਾ ਇਹ ਤਾਂ ਨਹੀਂ ਆ ਕਿ ਜੇ ਤੁਹਾਨੂੰ ਸਰਕਾਰ ਬਣਾ ਕੇ ਦਿੱਤੀ ਤੁਸੀਂ ਅ ਦਫਤਰਾਂ ਦੇ ਵਿੱਚ ਬੈਠੇ ਦਫਤਰਾਂ ਦੇ ਵਿੱਚ ਵੀ ਬੈਠਾ ਜੇ ਲੋਕਾਂ ਦੇ ਦੁੱਖ ਤਕਲੀਫ ਜਾ ਕੇ ਸਰਕਾਰ ਸੁਣੂਗੀ ਤੇ ਬਹੁਤ ਫਾਇਦਾ ਹੁੰਦਾ ਰਹੀ ਗੱਲ ਕਿ ਮੀਡੀਆ ਨੂੰ ਕੰਟੈਂਟ ਮਿਲਦਾ ਹੈ ਕਿ ਨਹੀਂ ਮਿਲਦਾ ਉਹ ਜੇ ਨਾਂ ਵੀ ਮਿਲੇ ਤਦ ਵੀ ਮੀਡੀਆ ਚੱਲਦਾ ਰਹਿਣਾ ਅਖਬਾਰਾਂ ਤਦ ਵੀ ਚੱਲਦੇ ਰਹਿੰਦੇ ਆ ਮੀਡੀਆ ਤਦ ਵੀ ਚੱਲਦਾ ਰਹਿਣਾ ਲੇਕਿਨ ਇਹ ਕਿ ਮੀਡੀਆ ਤੋਂ ਦੂਰੀ ਜਿਹੜਾ ਵੀ ਲੀਡਰ ਬਣਾਉਂਦਾ ਹੈਗਾ ਉਹਦਾ ਨੁਕਸਾਨ ਹੁੰਦਾ ਮੀਡੀਆ ਤੇ ਮੀਡੀਆ ਦਾ ਬੇਸਿਕਲੀ ਕੀ ਹੈ ਕਿ ਸੀਐਮ ਸਾਹਿਬ ਨੂੰ ਪਤਾ ਹੈ ਕਿਉਂਕਿ ਜੇ ਸੀਐਮ ਸਾਹਿਬ ਪਹੁੰਚੇ ਆ ਗਏ ਨੇ ਉਹਨਾਂ ਦੀ ਉਹਦੀ ਮਿਹਨਤ ਵੀ ਹੈ ਕਿਉਂਕਿ ਐਜੇ ਕਮੀਡੀਅਨ ਐਜੇ ਸਟਾਇਲਰ ਦੇ ਤੌਰ ਤੇ ਵਿਅੰਗ ਦੇ ਤੌਰ ਤੇ ਲੇਕਿਨ ਉਹਨਾਂ ਨੇ মিডিਆ ਦਾ ਇਸਤੇਮਾਲ ਵੀ ਕੀਤਾ ਜਾਂ মিডিਆ ਨੇ ਉਹਨਾਂ ਨੂੰ ਬੜੀ ਜਗ੍ਹਾ ਦਿੱਤੀ ਹੈ ਟਿੱਪਾਂ ਆਈਆਂ ਟਿੱਪਾਂ ਤੋਂ ਬਾਅਦ ਉਹਨਾਂ ਨੂੰ ਬਰਾਬਰ ਜਗ੍ਹਾ ਮਿਲਦੀ ਰਹੀ ਕਿਉਂਕਿ ਜਿਹੜਾ ਵੀ ਆਪਣੀ ਮਿਹਨਤ ਤੇ ਸਿਰ ਤੇ ਉੜਦਾ ਹੈਗਾ মিডিਆ ਉਹਨਾਂ ਦਾ ਸਾਥ ਦਿੰਦਾ ਹੈਗਾ ਪਰ ਹੁਣ ਕਿਉਂਕਿ ਇਹ ਜੋ ਪੋਲਿਟੀਸ਼ੀਅਨ ਆ মিডিਆ ਤੋਂ ਦੂਰੀ ਬਣਾ ਕੇ ਤੇ ਗੱਲ ਬੰਨਣੀ ਨਹੀਂ ਆਗੀ ਚਾਹੇ ਉਹਨਾਂ ਦੇ ਚੈਨਲ ਸਿਲੈਕਟਿਡ ਤੌਰ ਤੇ ਪ੍ਰੈਸ ਕਾਨਫਰੰਸ ਹੁੰਦੇ ਜਾਂ ਨਹੀਂ ਹੁੰਦੇ ਉਹ ਇੱਕ ਵੱਖਰੀ ਵਿਸ਼ਾ ਹੈਗਾ ਪਰ ਸਵਾਲ ਦੂਜਾ ਇਹ ਹੈ ਕਿ ਜਿਹੜੇ ਸੀਐਮ ਸਾਹਿਬ ਜਿੰਨਾ ਰਹਿਣਗੇ ਲੋਕਾਂ ਦੇ ਵਿੱਚ ਉਹਨਾਂ ਨੂੰ ਫਾਇਦਾ ਹੋਊਗਾ ਮੀਡੀਆ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਤੇ ਜਿਹੜਾ ਮੀਡੀਆ ਨੂੰ ਕੰਟੈਂਟ ਵਾਲਾ ਮਸਲਾ ਹੈਗਾ ਮੀਡੀਆ ਦੇਖੋ ਮਸਾਲਾ ਭਾਲਦਾ ਮੀਡੀਆ ਤੇ ਕਹਿੰਦਾ ਕਿ ਸਰਕਾਰ ਦੀ ਜਵਾਬਤਾਲੀ ਵੀ ਹੋਣੀ ਹੈ ਸਰਕਾਰ ਚੰਗੇ ਕੰਮ ਵੀ ਕਰੇ ਉਹ ਵੀ ਦਿਖਾਉਣੇ ਚਾਹੀਦੇ ਆ ਮਾੜੇ ਕੰਮ ਹੋ ਰਹੇ ਤੇ ਉਹ ਵੀ ਦਿਖਾਉਣੇ ਚਾਹੀਦੇ ਔਰ ਮੀਡੀਆ ਦਾ ਕੰਮ ਕੀ ਆ ਮੀਡੀਆ ਕੀ ਹੈ ਕੀ ਆ ਮੀਡੀਆ ਇੱਕ ਉਹ ਪੋਲਾ ਜਿਹੜਾ ਸਮਾਜ ਤੇ ਸਰਕਾਰ ਦੇ ਵਿਚਕਾਰ ਤੇ ਜਿਸ ਦਿਨ ਉਹ ਇਹ ਪੋਲ ਲੋਕਾਂ ਤਾਂ ਤਾਂ ਦਾ ਚੌਥਾ ਪਾਵਾ ਜਿਹਨੂੰ ਕੋਣ ਲੱਗ ਚੁੱਕਾ ਹੈ ਜਿਹੜਾ ਖਰੀਦਿਆ ਜਾ ਚੁੱਕਾਗਾ ਜਿੱਦਨੇ ਪੋਲੇ ਟੁੱਟ ਗਿਆ ਤੇ ਫਿਰ ਨਾ ਸਰਕਾਰ ਰਹਿਣੀ ਨਾ ਸਮਾਜ ਰਹਿਣੀ ਆ ਗਈਆ ਤੇ ਸੀਐਮ ਸਾਹਿਬ ਨੂੰ ਪੰਜਾਬ ਦੀ ਜਨਤਾ ਦਾ ਧਿਆਨ ਜ਼ਿਆਦਾ ਕਰਨਾ ਚਾਹੀਦਾ ਮੀਡੀਆ ਹਲ ਘੱਟ ਧਿਆਨ ਕਰਨਾ ਚਾਹੀਦਾ ਹੈਗਾ ਪੰਜਾਬ ਦੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਇੰਨਾ ਮਾਣ ਬਖਸ਼ਿਆ ਹੈਗਾ ਉਹਨਾਂ ਕੋ 42 ਕਿ ਮਹੀਨੇ ਬਾਕੀ ਰਹਿ ਗਏ ਨੇ ਪਾੜਾ ਮੀਨੀਆ ਦਾ ਜਿਹੜਾ ਕੰਮ ਕੀਤਾ ਉਹ ਪੰਜਾਬ ਦੀ ਜਨਤਾ ਦੇ ਸਾਹਮਣੇ ਆ 42 ਮਹੀਨੇ ਦੇ ਵਿੱਚ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਪਾਓਗੇ ਉਸ ਦੇ ਵੱਲ ਜ਼ਿਆਦਾ ਫੋਕਸ ਕਰਨ ਦੀ ਜਰੂਰਤ ਹੈ ਲੇਕਿਨ ਅਗਰ ਮੀਡੀਆ ਦੇ ਨਾਲ ਰੋਜ਼ ਗੱਲਬਾਤ ਹੁੰਦੀ ਆ ਬਹੁਤ ਸਾਰੇ ਮਸਲਿਆਂ ਦੀ ਕਲੈਰੀਫਿਕੇਸ਼ਨ ਹੋ ਜਾਂਦੀ ਆ ਔਰ ਇੱਕ ਮੁੱਖ ਮੰਤਰੀ ਮੀਡੀਆ ਦੇ ਨਾਲ ਸਿੱਧਾ ਰابطਾ ਕਾਇਮ ਕਰਦਾ ਤੇ ਉਹਦੇ 'ਚ ਸਰਕਾਰ ਦਾ ਵੀ ਭਲਾ ਹੁੰਦਾ ਸਟੇਟ ਦਾ ਵੀ ਭਲਾ ਹੁੰਦਾ ਲੋਕਾਂ ਦਾ ਵੀ ਭਲਾ ਹੁੰਦਾ ਕਿਉਂਕਿ ਸਵਾਲ ਜਵਾਬ ਹੋ ਜਾਂਦੇ ਨੇ ਔਰ ਮੁੱਖ ਮੰਤਰੀ ਸਾਹਿਬ ਤੇ ਪਤਾ ਹੀ ਹੈ ਕਿ ਜੇ ਬੋਲਦੇ ਨੇ ਬਹੁਤ ਖੁੱਲ ਕੇ ਬੋਲਦੇ ਨੇ ਜੇ ਬੋਲਦੇ ਨੇ ਤੇ ਪੂਰਾ ਸਪਸ਼ਟ ਬੋਲਦੇ ਆ ਕਿ ਨਹੀਂ ਪਰ ਇਹ ਹੈ ਕਿ ਨਾਲ ਦੇ ਨਾਲ ਉਹਨਾਂ ਨੂੰ ਆਪਣੀਆਂ ਕਮੀਆਂ ਵੱਲ ਵੀ ਧਿਆਨ ਦੇਣਾ ਜੇ ਵੀ ਤੁਹਾਡੇ ਜਿਹੜੇ ਐਮਐਲਏ ਨੇ ਤੁਸੀਂ ਤੇ ਕੰਮ ਕਰੀ ਹਾਰੇ ਤੁਸੀਂ ਤੇ ਰਾਤ ਦਿਨ ਬੈਠਦੇ ਨਹੀਂ ਹੋ ਤੁਸੀਂ ਘੁੰਮਦੇ ਤੁਸੀਂ ਆਪ ਵਾਰ-ਵਾਰ ਕਹਿ ਰਹੇ ਹੋ ਦਫਤਰ ਵੀ ਹੈ ਕੈਬਨਟ ਮੀਟਿੰਗ ਵੀ ਹੈ ਵਧੀਆ ਦੀ ਰਾਤ ਮੀਟਿੰਗ ਵੀ ਕੱਲ ਸ਼ਨੀਵਾਰ ਕੈਬਨਟ ਤੋਂ ਬਾਅਦ ਵੀ ਦਫਤਰ ਬੈਠੇ ਰਹਿੰਦੇ ਨੇ ਸ਼ਾਮ ਦੇ 5-6 ਵਜੇ ਤੱਕ ਬੈਠੇ ਰਹਿੰਦੇ ਨੇ ਸੰਗਰੂਰ ਜਾਓ ਜਿੱਥੇ ਮਰਜ਼ੀ ਜਾਓ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ ਸੰਗਰੂਰ ਪੰਜਾਬ ਦੇ ਵਿੱਚ ਪਰ ਜਿਹੜੇ ਨਾਲ ਤੁਹਾਡੇ ਆ ਐਮਐਲਏ ਨੇ ਜਿਹੜੇ ਪਾਰਟੀ ਦਾ ਵੀ ਤੇ ਸਰਕਾਰ ਦਾ ਵੀ ਤੇ ਪੰਜਾਬ ਦਾ ਵੀ ਨੁਕਸਾਨ ਕਰ ਰਹੇ ਨੇ ਨਾ ਪੰਜਾਬੀਆਂ ਦਾ ਵਿਸ਼ਵਾਸ ਤੋੜ ਰਹੇ ਨੇ ਉਹਨਾਂ ਨਾਲ ਵੀ ਧਿਆਨ ਦੇ ਦਿਓ ਮੀਡੀਆ ਨੂੰ ਕੰਟੈਂਟ ਤੇ ਤੁਹਾਡੇ ਐਮਐਲਏ ਦਈ ਜਾ ਰਹੇ ਨੇ ਕੋਈ ਨਾ ਕੋਈ ਰੋਜ਼ ਹੀ ਚੰਦ ਚਾੜ ਦਿੰਦਾ ਹੈਗਾ ਪਰ ਮੁੱਖ ਮੰਤਰੀ ਦੀ ਅਗਰ ਗੱਲ ਕੀਤੀ ਜਾਵੇ ਅਗਰ ਜਿੰਨਾ ਵੀ ਮੁੱਖ ਮੰਤਰੀ ਕੋਈ ਵੀ ਮੁੱਖ ਮੰਤਰੀ ਹੋਵੇ ਜਿੰਨਾ ਜਨਤਾ ਦੇ ਵਿੱਚ ਵਿਚਰੂਗਾ ਉਹ ਇੱਕ ਮਾਸ ਲੈਵਲ ਦਾ ਲੀਡਰ ਬਣ ਜਾਂਦਾ ਹੈ ਤੇ ਭਗਵੰਤ ਮਾਨ ਸਾਹਿਬ ਨੂੰ ਪਤਾ ਕਿ ਉਹਨਾਂ ਨੇ ਮਾਸ ਲੈਵਲ ਦਾ ਲੀਡਰ ਕਿਵੇਂ ਬੰਨਾ ਹੈ ਜੇ ਬਤੌਰ ਉਹ ਕਹ ਆਰਟਿਸਟ ਦੇ ਤੌਰ ਤੇ ਲੋਕਾਂ ਨਾਲ ਜੁੜੇ ਸੀ ਜਾਂ ਮਾਸ ਲੈਵਲ ਦੇ ਉਹਨਾਂ ਨੂੰ ਕਹਿ ਸਕਦੇ ਕਿ ਆਰਟਿਸਟ ਹੀ ਤੇ ਉਸ ਤੋਂ ਵੱਡੀ ਜ਼ਿੰਮੇਵਾਰੀ ਇੱਕ ਬਤੌਰ ਮੁੱਖ ਮੰਤਰੀ ਆ ਤੇ ਪੰਜਾਬ ਦੇ ਵਿੱਚ ਬਹੁਤ ਘੱਟ ਪੋਲਿਟਿਸ਼ੀਅਨ ਹੋਏ ਨੇ ਜਿਹੜੇ ਗਰਾਊਂਡ ਲੈਵਲ ਨਾਲ ਜੁੜੇ ਹੁੰਦੇ ਨੇ ਮੰਨ ਲਓ ਪੁਰਾਣੇ ਛੱਡ ਦੇ ਆਪਾਂ ਪ੍ਰਤਾਪ ਸਿੰਘ ਕਹਰੋਂ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਗਰਾਊਂਡ ਲੈਵਲ ਦਾ ਲੀਡਰ ਨਹੀਂ ਬਚਿਆਗਾ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਹਲੇ ਲੰਮਾ ਸਫ਼ਰ ਸਫ਼ਰ ਤੈਅ ਕਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਬਾਰੇ ਵੀ ਲੋਕ ਕਹਿਣਗੇ ਕਿ ਪਗਵੰਤ ਮਾਨ ਵੀ ਪੰਜਾਬ ਦੇ ਉਹਨਾਂ ਮੁੱਖ ਮੰਤਰੀਆਂ ਜੋ ਇੱਕ ਮੁੱਖ ਮੰਤਰੀ ਸੀ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਸੀ ਲੋਕਾਂ ਦੀ ਨਬਜ਼ ਪਛਾਣਦੇ ਸੀ 5 ਸਾਲ ਦੇ ਵਿੱਚ ਬੜਾ ਔਖਾ ਹੈ ਕਿ ਕਿਸੇ ਨੂੰ ਆਪਾਂ ਕਹਿ ਦਈਏ ਕਿ ਗਰਾਊਂਡ ਲੈਵਲ ਦਾ ਜਾਂ ਮਾਸਸ ਲੈਵਲ ਦਾ ਲੀਡਰ ਹੈ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾੱਚ ਦੇ ਵਿੱਚ ਅਸੀਂ ਇਹਨਾਂ ਦੋ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਾਵੇਂ ਦਿਓ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਫਿਲਹਾਲ ਆਈ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ